ਗੁੱਡ ਆਫਟਰਨੂਨ ਸਾਰਿਆਂ ਨੂੰ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਿੱਧੂ ਰੇਂਜ ਵਾਲਾ ਵਲੋਗ 'ਚ। ਉਮੀਦ ਕਰ ਸਾਰੇ ਵਧੀਆ ਹੋਵੋਗੇ। ਅਤੇ ਅੱਜ ਹੈਗੀ ਹੈ ਜੀ 17 ਜਨਵਰੀ 2022, ਹਾਂਜੀ 2022 ਦੀ, ਠੀਕ ਹੈ। ਅਤੇ ਆਪਾਂ ਵੀਡੀਓ ਸਟਾਰਟ ਕਰਨ ਲੱਗੇ ਜੀ, ਜਿਹੜੀ ਹੈਗੀ ਹੈ ਕਿ ਡਾਕੂਮੈਂਟ ਰਿਲੇਟਡ, ਕਿਉਂਕਿ ਅੱਜ ਕੱਲ੍ਹ ਕਾਫੀ ਪ੍ਰੋਬਲਮ ਆ ਰਹੀ ਹੈ ਏਅਰਪੋਰਟ 'ਤੇ, ਕਾਫੀ ਜਣਿਆਂ ਨੂੰ ਵਾਪਸ ਭੇਜੀ ਜਾ ਰਹੇ ਨੇ ਦਿੱਲੀ ਏਅਰਪੋਰਟ ਤੋਂ, ਇੱਥੋਂ ਨਹੀਂ ਕੋਈ ਭੇਜ ਰਹੇ ਦਿੱਲੀ ਏਅਰਪੋਰਟ ਤੋਂ, ਕਿਉਂਕਿ ਉਹਨਾਂ ਦੇ ਡਾਕੂਮੈਂਟ ਪੂਰੇ ਨਹੀਂ ਹੁੰਦੇ ਜੀ। ਅਤੇ ਉਹਦੇ ਬਾਰੇ ਵੀਡੀਓ ਆ, ਅਤੇ ਬਾਕੀ ਤੁਹਾਨੂੰ ਏਅਰਲਾਈਨ ਬਾਰੇ ਵੀ ਦੱਸਾਂਗੇ, ਮਾੜਾ ਮੋਟਾ ਕੁਆਰੰਟਾਈਨ ਬਾਰੇ ਵੀ ਦੱਸ ਦਿਆਂਗੇ ਕਿ ਵੀ ਕਿਵੇਂ ਦਾ ਐਕਸਪੀਰੀਅੰਸ ਸੀਗਾ। ਤਾਂ ਵੈਸੇ ਕੁਆਰੰਟਾਈਨ ਕਿਉਂ ਦਿਨਾਂ 'ਚ ਮੁੱਕਣ ਵਾਲੀ ਆ ਥੋੜ੍ਹੇ ਦਿਨਾਂ ਤੱਕ, ਪਰ ਤੁਹਾਨੂੰ ਅਪਡੇਟ ਦੇ ਦਾਂਗੇ। ਬਾਕੀ ਸਾਰੀ ਇਸ ਰਿਲੇਟਡ ਵੀਡੀਓ ਤੁਸੀਂ ਪੂਰੀ ਦੇਖੋ ਐਂਡ ਤੱਕ। ਅਤੇ ਚਲੋ ਫਿਰ ਕਰਦੇ ਹਾਂ ਇਹਦੀ ਵੀਡੀਓ ਸਟਾਰਟ, ਅਤੇ ਮਾਰਦੇ ਹਾਂ ਸੈਲਫ। ਅਤੇ ਮੇਰੇ ਨਾਲ ਨਹੀਂ ਮੇਰੇ ਪਾਪਾ, ਠੀਕ ਆ। ਅਤੇ ਇਹ ਆਏ ਨੇ, ਤੁਹਾਨੂੰ ਪਤਾ ਹੀ ਆ ਪਿਛਲੀ ਵੀਡੀਓ ਤੁਸੀਂ ਦੇਖੀਆਂ ਹੋਣੀਆਂ ਨੇ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਾਰੇ ਸਰੋਤਿਆਂ ਨੂੰ ਬਹੁਤ ਬਹੁਤ ਹਾਂਜੀ ਨਵੇਂ ਸਾਲ ਦੀਆਂ ਵਧਾਈਆਂ, ਲੋਹੜੀ ਦੀਆਂ ਵਧਾਈਆਂ। ਚਲੋ, ਅਤੇ ਇਹ ਤੁਹਾਨੂੰ ਪਤਾ ਹੀ ਕਿ ਮੈਂ ਪਿਛਲੀ ਵੀਡੀਓ ਤੁਹਾਨੂੰ ਦੱਸਿਆ ਸੀਗਾ ਕਿ ਹਾਂਜੀ ਕੁਆਰੰਟਾਈਨ ਕੱਟ ਕੇ ਆਏ ਨੇ ਅਤੇ ਕਿਵੇਂ ਆਏ ਨੇ ਅਤੇ ਡਾਕੂਮੈਂਟ। ਅਤੇ ਪਹਿਲਾਂ ਤਾਂ ਇਹਨਾਂ ਨੂੰ ਪੁੱਛਦਾ ਕਿ ਤੁਸੀਂ ਕਿਹੜੀ ਏਅਰਲਾਈਨ 'ਚ ਆਏ ਸੀਗੇ? ਅਸੀਂ ਕੁਆਂਟਸ ਦੇ ਵਿੱਚ ਆਏ ਸੀ। ਕੁਆਂਟਸ ਇਹ ਸਿੱਧੀ ਸੀ, ਡਾਇਰੈਕਟ ਦਿੱਲੀ ਤੋਂ ਮੈਲਬੋਰਨ। ਮੈਲਬੋਰਨ ਸਿੱਧੀ ਆਈ ਸੀਗੀ। ਅਤੇ ਕਿੰਨੇ ਕੁ ਦੀ ਆਈ ਸੀ ਟਿਕਟ? ਟਿਕਟ ਆਈ ਸੀ 1,45,000 ਦੀ। ਅਤੇ ਉਹਦੇ 'ਚ ਮੈਂ ਹਾਂਜੀ ਹਾਂਜੀ 1,45,000 ਦੀ ਟਿਕਟ ਆਈ ਹੈ ਮੈਲਬਰਨ ਤੱਕ ਦੀ। ਮੈਲਬਰਨ ਤੱਕ ਨਹੀਂ, ਅਪ ਟੂ ਬ੍ਰਿਸਬੇਨ। ਬ੍ਰਿਸਬੇਨ ਦੀ, ਬ੍ਰਿਸਬੇਨ ਸੀਗੀ ਕਨੈਕਟਿੰਗ ਫਲਾਈਟ, ਉਹ ਵਿੱਚ ਇਨਕਲੂਡਿੰਗ ਆ। ਇਹਦੇ 'ਚ ਮੈਂ ਥੋੜ੍ਹੀ ਜਿਹੀ ਇੱਕ ਗੱਲ ਤੁਹਾਨੂੰ ਕਲੀਅਰ ਕਰ ਦਿੰਦਾ, ਉਹ 'ਚ ਇਹ ਹੈ ਕਿ ਕਈ ਲੋਕ ਆਪਣੇ ਲੈਂਦੇ ਨੇ ਦੁਬਈ ਵਾਲੀ ਜਾਂ ਕੋਈ ਹੋਰ ਸਟੇ ਵਾਲੀ, ਉਹ ਨਾ ਲਓ, ਕਿਉਂਕਿ ਇਸ ਟਾਈਮ 'ਤੇ ਜਿਹੜਾ ਕੋਈ ਬ੍ਰਿਸਬੇਨ ਆ ਰਿਹਾ ਉਹ ਸਿੱਧੀ ਫਲਾਈਟ ਤੁਸੀਂ ਮੈਲਬਰਨ ਜਾਂ ਸਿਡਨੀ ਦੀ ਲਓ, ਅਤੇ ਬ੍ਰਿਸਬੇਨ ਦੀ ਨਾ ਲਓ ਹਜੇ ਤੱਕ, ਜਿਹੜੀ ਤੱਕ ਆ ਵੀਡੀਓ ਆ ਰਹੀ ਹੈ। ਕਿਉਂਕਿ ਕੁਛ ਦਿਨਾਂ ਤੱਕ ਉਹਨਾਂ ਨੇ ਕਿਊਜ਼ਲੈਂਡ ਦਾ ਬਾਰਡਰ ਖੋਲ ਦੇਣਾ ਜਦੋਂ 90% ਵੈਕਸੀਨੇਸ਼ਨ ਪੂਰੀ ਹੋ ਗਈ ਇਹਨਾਂ ਦੀ। ਅਤੇ ਇਹ ਕਹਿ ਰਹੇ ਨੇ ਕਿ ਇਸ ਵੀਕ ਦੇ ਐਂਡ ਤੱਕ ਇਹ ਪੂਰੀ ਹੋ ਜੂਗੀ, ਅਤੇ ਉਦੋਂ ਤੱਕ ਕੁਆਰੰਟਾਈਨ ਵੀ ਖਤਮ ਕਰ ਦੇਣਗੇ। ਇਹ ਕਿਊਜ਼ਲੈਂਡ ਦਾ ਮੈਂ ਦੱਸ ਰਿਹਾ ਕਿਉਂਕਿ ਅਸੀਂ ਬ੍ਰਿਸਬੇਨ 'ਚ ਬੈਠੇ ਹਾਂ, ਕਿਊਜ਼ਲੈਂਡ ਦਾ ਮੈਂ ਸਾਰਾ ਤੁਹਾਨੂੰ ਦੱਸ ਰਿਹਾ। ਮੈਲਬਰਨ ਸਿਡਨੀ 'ਚ ਨਹੀਂ ਹੈਗਾ ਇਹੋ ਜਿਹਾ ਕੁਛ, ਤੁਸੀਂ ਸਿੱਧਾ ਜਾ ਸਕਦੇ ਹੋ। ਪਰ ਤੁਸੀਂ ਜੇ ਬ੍ਰਿਸਬੇਨ ਆ ਰਹੇ ਹੋ, ਕਿਊਜ਼ਲੈਂਡ 'ਚ ਆ ਰਹੇ ਹੋ, ਅਤੇ ਜੇ ਤੁਸੀਂ ਡਾਇਰੈਕਟ ਫਲਾਈਟ ਮੈਲਬਰਨ ਸਿਡਨੀ ਦੀ ਨਹੀਂ ਲਈ, ਤੁਸੀਂ ਲਈ ਆ ਫਲਾਈਟ ਬਾਇਆ ਦੁਬਈ ਜਾਂ ਬਾਇਆ ਸਿੰਗਾਪੁਰ, ਤਾਂ ਤੁਹਾਨੂੰ ਕਈ ਵਾਰ ਤਾਂ ਦਿੱਲੀ ਤੋਂ ਚੜ੍ਹਨ ਦੇ ਦਿੰਦੇ ਨੇ। ਦਿੱਲੀ ਤੋਂ ਚੜ੍ਹ ਕੇ ਤੁਹਾਨੂੰ ਦੁਬਈ ਆ ਕੇ ਉਹਨਾਂ ਨੇ ਰੋਕ ਦੇਣਾ, ਕਿਉਂਕਿ ਸਿੱਧੀ ਫਲਾਈਟ ਉੱਥੋਂ ਕੋਈ ਨਹੀਂ ਹੈਗੀ, ਤਾਂ ਤੁਹਾਨੂੰ ਉੱਥੇ 4-5 ਦਿਨ ਰਹਿਣਾ ਪੈ ਸਕਦਾ ਵਾ। ਅਤੇ ਦੂਜਾ ਇਹ ਹੈ ਕਿ ਉੱਥੋਂ ਫਿਰ ਨਵੀਂ ਟਿਕਟ ਲੈ ਕੇ ਦੇਣਗੇ, ਤੁਹਾਡਾ ਖਰਚਾ ਆਊਗਾ ਜਾਂ ਹੋਟਲ ਦਾ ਉਹ ਆਡੂਗਾ। ਪਲੱਸ ਇੱਕ ਹੋਰ ਨੈਗੇਟਿਵ ਪੁਆਇੰਟ ਇਹ ਹੈਗਾ ਕਿ ਜੇ ਤੁਸੀਂ ਮੈਲਬਰਨ ਸਿਡਨੀ ਵੀ ਜਾਂਦੇ ਤਾਂ ਸਟੇ ਲੈਂਦੇ ਹੋ, ਪਰ ਤੁਹਾਨੂੰ ਦੁਬਈ ਜਾਂ ਸਿੰਗਾਪੁਰ ਤੁਹਾਡਾ ਫਿਰ ਕੋਰੋਨਾ ਟੈਸਟ ਹੋਣਾ। ਬਾਈ ਚਾਂਸ ਤੁਸੀਂ ਉੱਥੇ ਪੋਜ਼ਿਟਿਵ ਆ ਗਏ ਤਾਂ ਤੁਹਾਨੂੰ ਉਹਨਾਂ ਨੇ ਫਿਰ ਨਹੀਂ ਚੜ੍ਹਨ ਦੇਣਾ, ਤੁਹਾਨੂੰ 15 ਦਿਨ ਉੱਥੇ ਰੱਖਣਗੇ। ਇਸ ਕਰਕੇ ਤੁਹਾਨੂੰ ਜਿਹੜੀ ਟਿਕਟ ਸਟੇ ਵਾਲੀ ਆ ਤੁਹਾਨੂੰ ਮਿਲਦੀ ਤਾਂ ਸਸਤੀ ਆ, ਪਰ ਉਹ ਤੁਹਾਨੂੰ ਬਾਅਦ 'ਚੋਂ ਮਹਿੰਗੀ ਪੈ ਜਾਂਦੀ ਹੈ ਜੇ ਤੁਸੀਂ ਪੋਜ਼ਿਟਿਵ ਆ ਗਏ ਜਾਂ ਤੁਹਾਨੂੰ ਉਹਨਾਂ ਨੂੰ ਚੜ੍ਹਨ ਨਹੀਂ ਦਿੱਤਾ। ਕਿਉਂਕਿ ਉਹ ਜਿਹੜੀ ਮਿਲਦੀ ਵੀ ਆ ਉਹ ਇਸ ਹਿਸਾਬ ਨਾਲ ਮਿਲਦੀ ਹੈ ਕਿ ਤੁਹਾਨੂੰ ਜਿਵੇਂ ਅੱਗੇ ਕਨੈਕਟਿੰਗ ਫਲਾਈਟ ਹੁੰਦੀ ਸੀ, ਉਹ ਕਨੈਕਟਿੰਗ ਨਹੀਂ ਹੈਗੀ। ਤੁਸੀਂ ਜੇ ਦੁਬਈ ਉਤਰੋਗੇ ਤਾਂ ਤੁਹਾਨੂੰ ਦੁਬਈ ਨੂੰ ਸਾਰੇ ਤੁਹਾਡੇ 40 ਕਿਲੋ ਦੇ ਜਿਹੜੇ ਬੈਗ ਹੋਣਗੇ ਉਹ ਸਾਰੇ ਤੁਹਾਨੂੰ ਵਾਪਸ ਮਿਲਣਗੇ। ਫਿਰ ਤੁਸੀਂ ਦੁਬਾਰਾ ਉਹਨਾਂ ਨੂੰ ਜਮ੍ਹਾਂ ਕਰਾਓਗੇ, ਦੁਬਾਰਾ ਤੁਸੀਂ ਇਮੀਗ੍ਰੇਸ਼ਨ ਹੋਊਗੀ, ਤਾਂ ਸਾਰਾ ਝੰਜੜ ਉਹ ਦੁਬਾਰਾ ਵਾ। ਅੱਗੇ ਜਿਵੇਂ ਹੁੰਦਾ ਸੀ ਕਨੈਕਟਿੰਗ ਫਲਾਈਟ ਉਵੇਂ ਦੀਆਂ ਨੇ। ਇਸ ਕਰਕੇ ਟਰਾਈ ਕਰੋ ਕਿ ਡਾਇਰੈਕਟ ਫਲਾਈਟ ਲਓ, ਉਹਦੇ 'ਚ ਲਓ ਏਅਰ ਇੰਡੀਆ ਪਲੱਸ ਕੁਆਂਟਸ, ਇਹ ਦੋ ਮੇਨ ਚੱਲ ਰਹੀਆਂ ਨੇ ਜਿਹੜੀਆਂ ਬਹੁਤ ਘੱਟ ਕੈਂਸਲ ਹੋ ਰਹੀਆਂ ਨੇ, ਅਤੇ ਬਾਕੀ ਜ਼ਿਆਦਾਤਰ ਕੈਂਸਲ ਹੀ ਹੋ ਰਹੀਆਂ ਨੇ। ਬਬਲ ਏਅਰ, ਇਹ ਬਬਲ ਏਅਰ ਐਗਰੀਮੈਂਟ ਹੈ ਜੋ ਆਸਟ੍ਰੇਲੀਅਨ ਅਤੇ ਇੰਡੀਅਨ ਗੌਰਮੈਂਟ ਦਾ, ਉਸ ਐਗਰੀਮੈਂਟ ਦੇ ਅੰਡਰ ਚੱਲ ਰਿਹਾ। ਹਾਂ, ਇਸ ਕਰਕੇ ਤੁਸੀਂ ਟਰਾਈ ਕਰੋ ਇਹੀ ਲਓ। ਅਤੇ ਹੁਣ ਜੀ ਤੁਹਾਨੂੰ ਆਪਾਂ ਦੱਸਾਂਗੇ ਡਾਕੂਮੈਂਟ ਜਿਹੜਾ ਕਿ ਤੁਸੀਂ ਟਿਕਟ ਲੈਣ ਤੋਂ ਪਹਿਲਾਂ ਜਿਹੜੇ ਰੈਡੀ ਰੱਖਣੇ ਨੇ, ਕਿਉਂਕਿ ਟਿਕਟ ਲੈ ਕੇ ਤੁਸੀਂ ਬਾਅਦ 'ਚੋਂ ਕਈ ਵਾਰ ਟਾਈਮ ਨਹੀਂ ਹੁੰਦਾ ਉਸ ਹਿਸਾਬ ਦੀ ਟਿਕਟ ਮਿਲਦੀ ਹੈ। ਤਾਂ ਉਹ ਪਾਪਾ ਦੱਸਣਗੇ ਕਿਹੜੇ ਕਿਹੜੇ ਡਾਕੂਮੈਂਟ ਇਹਨਾਂ ਨੇ ਤਿਆਰ ਕੀਤੇ ਸੀਗੇ ਜਾਣ ਤੋਂ ਪਹਿਲਾਂ, ਟਿਕਟ ਲੈਣ ਤੋਂ ਪਹਿਲਾਂ। ਸਭ ਤੋਂ ਪਹਿਲਾਂ ਤਾਂ ਜਦੋਂ ਵੀ ਤੁਸੀਂ ਪਲੈਨਿੰਗ ਕਰਦੇ ਹੋ, ਕਿਉਂਕਿ ਆਸਟ੍ਰੇਲੀਆ ਦੇ ਵਿੱਚ ਜਿਹੜੇ ਆ ਸਕਦੇ ਨੇ ਸਿਟੀਜ਼ਨ, ਆਸਟ੍ਰੇਲੀਅਨ ਸਿਟੀਜ਼ਨ PR, ਔਰ ਇਹਨਾਂ ਦੋਨਾਂ ਦੇ ਇਮੀਡੀਏਟ ਫੈਮਿਲੀ ਮੈਂਬਰਸ, ਤੁਸੀਂ ਉਹਦੇ ਵਿੱਚ ਐਲੀਜੀਬਲ ਹੋਣੇ ਚਾਹੁੰਦੇ ਹੋ। ਉਸ ਤੋਂ ਬਿਨਾਂ ਕੋਈ ਅਜੇ ਨਹੀਂ ਆ ਸਕਦਾ। ਸਟੂਡੈਂਟ ਆ ਰਹੇ ਨੇ, ਸਟੂਡੈਂਟ ਆ ਰਹੇ ਨੇ, ਸਟੂਡੈਂਟ ਆ ਰਹੇ, ਟੂਰਿਸਟ 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 'ਚ। ਹਾਂ, ਟੂਰਿਸਟ 'ਚ ਇਮੀਡੀਏਟ ਫੈਮਿਲੀ ਮੈਂਬਰ ਮੀਨਸ ਕਿ ਪੇਰੈਂਟਸ ਅਤੇ ਸਟੂਡੈਂਟ ਸਪਾਊਸ, ਮਤਲਬ ਉਹ ਸਾਰੀ ਇਮੀਡੀਏਟ ਫੈਮਿਲੀ ਆ ਗਈ। ਬੱਚੇ ਹੋ ਜਾਂਦੇ ਨੇ ਪਰਮਾਨੈਂਟ ਰੈਜੀਡੈਂਟ, ਦੇ ਉਹਦੇ ਮਾਂ ਪਿਓ ਹੋ ਗਏ ਅਤੇ ਉਹਦੀ ਵਾਈਫ ਹੋ ਗਈ, ਉਹ ਹੋ ਗਏ ਇਮੀਡੀਏਟ ਫੈਮਿਲੀ ਮੈਂਬਰ। ਟੂਰਿਸਟ ਵੀਜ਼ੇ 'ਤੇ ਉਹ ਆ ਸਕਦੇ ਨੇ, ਬਾਕੀ ਸਟੂਡੈਂਟ ਆ ਸਕਦੇ, ਸਟੂਡੈਂਟ ਆ ਸਕਦੇ। ਬਸ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜ਼ਰੂਰੀ ਹੈ ਕਿ, ਕਿਉਂਕਿ ਡੇਲੀ ਅੱਜ ਕੱਲ੍ਹ ਕੋਵਿਡ ਕਰਕੇ ਗਾਈਡਲਾਈਨ ਚੇਂਜ ਹੋ ਰਹੀਆਂ ਨੇ, ਕੋਈ ਵੀ ਕਰਨ ਤੋਂ ਪਹਿਲਾਂ ਉਹਦੀਆਂ ਗਾਈਡਲਾਈਨ ਪੜ੍ਹੋ। ਨੋ ਡਾਊਟ ਕਿ ਆਸਟ੍ਰੇਲੀਅਨ ਗੌਰਮੈਂਟ ਨੇ ਟਰੈਵਲ ਰਿਸਟ੍ਰਿਕਸ਼ਨ ਐਗਜ਼ੰਪਸ਼ਨ ਜਿਹੜੀ ਹੈ ਉਹ ਵੇਵ ਕਰ ਦਿੱਤੀ ਹੈ, ਲੇਕਿਨ ਜਦੋਂ ਤੁਸੀਂ ਦਿੱਲੀ ਏਅਰਪੋਰਟ ਤੋਂ ਆਪਣੀ ਯਾਤਰਾ ਸ਼ੁਰੂ ਕਰਦੇ ਹੋ ਤਾਂ ਸਭ ਤੋਂ ਪਹਿਲਾਂ ਜਿਹੜਾ ਡਾਕੂਮੈਂਟ ਉਹ ਚੈੱਕ ਕਰਦੇ ਨੇ ਉਹ ਤੁਹਾਡਾ ਟਰੈਵਲ ਰਿਸਟ੍ਰਿਕਸ਼ਨ ਐਗਜ਼ੰਪਸ਼ਨ ਚੈੱਕ ਕਰਦੇ ਨੇ। ਉਹਦਾ ਇੱਕ ਰੀਜ਼ਨ ਹੈ, ਕਿਉਂਕਿ ਉਹਨਾਂ ਕੋਲ ਹੋਰ ਕੋਈ ਪਰੂਫ ਨਹੀਂ ਕਿ ਯੂ ਆਰ ਐਲੀਜੀਬਲ, ਤੁਸੀਂ ਉਹਦੇ ਲਈ ਐਲੀਜੀਬਲ ਹੋ ਕਿ ਨਹੀਂ ਹੋ, ਕਿਉਂਕਿ ਇਮੀਡੀਏਟ ਫੈਮਿਲੀ ਮੈਂਬਰ ਲਈ ਹੀ ਹੈ। ਇਸ ਕਰਕੇ ਤੁਸੀਂ ਇਮੀਡੀਏਟ ਫੈਮਿਲੀ ਮੈਂਬਰ ਹੋ
ਨਹੀਂ ਲੈਣ ਦਾ। ਉਹਦੇ ਵਿੱਚ ਜਿਹੜਾ ਟਰੈਵਲ ਰਜਿਸਟ੍ਰੇਸ਼ਨ ਐਗਜ਼ਾਮਿਨੇਸ਼ਨ ਸਰਟੀਫਿਕੇਟ ਲੈਣਾ, ਉਹਦੇ ਲਈ ਤੁਹਾਨੂੰ ਦੋ ਤਿੰਨ ਚੀਜ਼ਾਂ ਬੇਸਿਕ ਚਾਹੀਦੀਆਂ ਨੇ। ਇੱਕ ਜਿਹੜਾ ਤੁਹਾਡਾ ਬੱਚਾ ਜਾਂ ਜੋ ਵੀ ਤੁਹਾਡਾ ਰਿਲੇਟਿਵ ਆਸਟ੍ਰੇਲੀਅਨ ਸਿਟੀਜ਼ਨ ਹੈ ਜਾਂ ਪੀਆਰ ਹੈ, ਉਹਦਾ ਪਾਸਪੋਰਟ ਦੀ ਕਾਪੀ ਪਲੱਸ ਤੁਹਾਡਾ ਰਿਲੇਸ਼ਨਸ਼ਿਪ ਦਾ ਕੋਈ ਪਰੂਫ ਜਿਹਦੇ ਵਿੱਚ ਪੇਰੈਂਟਸ ਦਾ ਨਾਂ ਹੋਵੇ, ਕਿਉਂਕਿ ਅਗਰ ਪੇਰੈਂਟਸ ਨੇ ਆਉਣਾ ਤਾਂ ਪੇਰੈਂਟਸ ਦਾ ਨਾਂ ਹੋਵੇ ਉਹਦੇ 'ਚ। ਮੋਸਟਲੀ ਜਿਵੇਂ ਆਪਣੇ ਡਾਕੂਮੈਂਟ ਆਉਂਦੇ ਨੇ, ਅਗਰ ਬੱਚੇ ਦਾ ਬਰਥ ਸਰਟੀਫਿਕੇਟ ਹੈ ਤਾਂ ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਉਹਦੇ 'ਚ ਅਗਰ ਪੇਰੈਂਟਸ ਦੇ ਨਾਂ ਹੈਗੇ ਤਾਂ ਦੈਟ ਇਜ਼ ਉਸ ਉਹਦਾ ਪਰੂਫ ਹੈ। ਦੂਸਰਾ ਇਹ ਹੈ ਕਿ ਅਗਰ ਉਹ ਅਜੇ ਪੀਆਰ ਹੈ ਤਾਂ ਉਹਦੇ ਕੋਲ ਇੰਡੀਅਨ ਪਾਸਪੋਰਟ ਹੈ, ਉਹਦੇ 'ਤੇ ਵੀ ਪੇਰੈਂਟਸ ਦੇ ਨਾਮ ਹੁੰਦੇ ਨੇ, ਉਹ ਵੀ ਚੱਲ ਜਾਂਦਾ ਹੈ। ਅਗਰ ਬੱਚਾ ਤੁਹਾਡਾ ਸਿਟੀਜ਼ਨ ਹੈ, ਆਸਟ੍ਰੇਲੀਅਨ ਪਾਸਪੋਰਟ ਹੈ, ਉਹਦੇ ਉੱਤੇ ਪੇਰੈਂਟਸ ਦੇ ਨਾਮ ਨਹੀਂ ਹੁੰਦੇ, ਤਾਂ ਉਹਦੇ ਲਈ ਤੁਹਾਨੂੰ ਬਰਥ ਸਰਟੀਫਿਕੇਟ ਜਾਂ ਜਿਹੜੇ ਲੋਕ ਕਿਸੇ ਸਰਵਿਸ ਤੋਂ ਰਿਟਾਇਰ ਹੋਏ ਨੇ, ਜਿੱਥੇ ਸਾਡੇ ਫੈਮਿਲੀ ਮੈਂਬਰਜ਼ ਦੀ ਡਿਟੇਲ ਹੋਵੇ। ਔਰ ਉੱਥੇ ਵੀ ਮੈਂ ਇੱਕ ਚੀਜ਼ ਕਹੂੰਗਾ, ਇਸ ਚੀਜ਼ ਨੂੰ ਪਹਿਲਾਂ ਇਨਸ਼ੋਰ ਕਰ ਲਓ ਕਿ ਉਹ ਪ੍ਰੋਪਰ ਨਾਮ ਤੁਹਾਡਾ ਵਿਦ ਸਪੈਲਿੰਗ ਜੋ ਤੁਹਾਡਾ ਪਾਸਪੋਰਟ 'ਤੇ ਹੈ ਬੱਚਿਆਂ ਦੇ ਉਹਦੇ ਨਾਲ ਟੈਲੀ ਕਰਦਾ ਹੋਵੇ, ਅਦਰਵਾਈਜ਼ ਉੱਥੇ ਵੀ ਪ੍ਰੋਬਲਮ ਆ ਸਕਦੀ ਹੈ। ਅਗਰ ਜੇ ਤੁਸੀਂ ਇਹ ਕਰ ਦਿੰਦੇ ਹੋ ਤਾਂ ਦੋ ਤਿੰਨ ਦਿਨਾਂ ਦੇ ਵਿੱਚ ਤੁਹਾਡਾ ਜਿਹੜਾ ਹੈਗਾ ਟਰੈਵਲ ਰਿਸਟ੍ਰਿਕਸ਼ਨ ਐਗਜ਼ਾਮਿਨੇਸ਼ਨ ਸਰਟੀਫਿਕੇਟ ਦਾ ਜਿਹੜਾ ਹੈਗਾ ਉਹ ਤੁਹਾਨੂੰ ਪਰਮਿਸ਼ਨ ਆ ਜਾਂਦੀ ਹੈ। ਔਰ ਇੱਕ ਮੈਂ ਜ਼ਰੂਰ ਕਹੂੰਗਾ, ਇਹ ਜਿਹੜਾ ਡਾਕੂਮੈਂਟ ਹੁੰਦਾ ਇਹਦੇ ਉੱਤੇ ਅਪਰੂਵਲ ਥੋੜ੍ਹਾ ਨੀਚੇ ਜਾ ਕੇ ਲਿਖਿਆ ਹੁੰਦਾ, ਤਾਂ ਦਿੱਲੀ ਵਾਲੇ ਵੀ ਜਿਹੜੇ ਹੈਗੇ ਆ ਉਹ ਬੜੇ ਧਿਆਨ ਨਾਲ ਨਹੀਂ ਪੜ੍ਹਦੇ, ਇਸ ਕਰਕੇ ਉਹਨੂੰ ਦੇਖ ਕੇ ਲੈ ਕੇ ਜਾਓ। ਔਰ ਉੱਥੇ ਨੀਚੇ ਇੱਕ ਅਪਰੂਵਲ ਦਾ ਵਰਡ ਹੈ, ਕਿਉਂਕਿ ਮੈਨੂੰ ਵੀ ਪੁੱਛਿਆ ਗਿਆ ਸੀ ਕਿ ਇਹ ਉਹ ਹੈ ਜੋ ਤੁਸੀਂ ਅਪਲਾਈ ਕੀਤਾ ਹੈ, ਲੇਕਿਨ ਮੈਂ ਉਸ ਤੋਂ ਪਹਿਲਾਂ ਇਹਨੂੰ ਥਰੋਲੀ ਪੜ੍ਹਿਆ ਸੀ। ਇਹ ਪੜ੍ਹਨਾ ਜ਼ਰੂਰੀ ਹੈ, ਜਿੱਥੇ ਲਿਖਿਆ ਹੁੰਦਾ ਕਿ ਇਹ ਅਪਰੂਵਲ ਜਿਹੜੀ ਹੈ ਕਦ ਤੱਕ ਵੈਲਿਡ ਹੈ, ਕਿਸ ਡੇਟ ਤੋਂ ਵੈਲਿਡ ਸ਼ੁਰੂ ਹੋ ਕੇ ਕਿਸ ਡੇਟ ਤੱਕ ਵੈਲਿਡ ਹੈ, ਅਤੇ ਉਹ ਜਿਹੜੀ ਹੈ ਉਹ ਅਪਰੂਵਲ ਦੇ ਨਾਮ ਨਾਲ ਲਿਖਿਆ ਹੁੰਦਾ। ਲੇਕਿਨ ਕਿਉਂਕਿ ਦਿੱਲੀ ਏਅਰਪੋਰਟ 'ਤੇ ਵੀ ਜਿਹੜੇ ਲੋਕ ਬੈਠੇ ਨੇ ਉਹਨਾਂ ਨੂੰ ਇਹਦੇ ਬਾਰੇ ਪ੍ਰੋਪਰ ਨੌਲੇਜ ਨਹੀਂ ਹੈ, ਬੈਟਰ ਇਹ ਹੈ ਕਿ ਅਸੀਂ ਆਪਣੀ ਨੌਲੇਜ ਰੱਖ ਕੇ ਲੈ ਕੇ ਚਲੀਏ। ਅਤੇ ਇਹ ਸੀਗਾ ਜੀ ਡਾਕੂਮੈਂਟ ਨੰਬਰ 1 ਐਗਜ਼ੈਂਪਸ਼ਨ ਵਾਲਾ। ਅਤੇ ਦੂਜਾ ਹੁਣ ਪਾਪਾ ਫਿਰ ਦੱਸਣਗੇ, ਮੈਂ ਤਾਂ ਪਹਿਲਾਂ ਆਰਾਮ ਨਾਲ ਬਹਿ ਕੇ ਸੁਣੂੰਗਾ, ਚਲੋ ਤੁਸੀਂ ਦੱਸੋ ਦੂਜਾ ਕਿਹੜਾ। ਦੂਸਰਾ, ਟਿਕਟ ਲੈਣ ਤੋਂ ਪਹਿਲਾਂ ਤੁਸੀਂ ਆਸਟ੍ਰੇਲੀਆ ਟਰੈਵਲ ਡੈਕਲੇਸ਼ਨ ਫਾਰਮ ਭਰਨਾ, ਜਿਹੜਾ ਕਿ ਔਨਲਾਈਨ ਹੀ ਭਰਿਆ ਜਾਂਦਾ। ਉਹਦੇ ਤੋਂ ਬਿਨਾਂ ਵੀ ਅਗਰ ਤੁਹਾਡੇ ਕੋਲ ਉਹ ਨਹੀਂ ਹੈ, ਸਬਮਿਸ਼ਨ ਨਹੀਂ ਕੀਤੀ ਔਰ ਤੁਹਾਡੇ ਕੋਲ ਅਪਰੂਵਲ ਨਹੀਂ ਆਈ, ਉਸ ਤੋਂ ਬਿਨਾਂ ਵੀ ਏਅਰਪੋਰਟ ਤੋਂ ਤੁਹਾਨੂੰ ਚੜ੍ਹਨ ਨਹੀਂ ਦਿੱਤਾ ਜਾਂਦਾ। ਇਸ ਕਰਕੇ ਉਹ ਵੀ ਲੈ ਕੇ ਰੱਖਣਾ, ਉਹ ਬਹੁਤ ਜ਼ਰੂਰੀ ਹੈ। ਆਸਟ੍ਰੇਲੀਆ ਡੈਕਲੇਸ਼ਨ ਜਿਹੜਾ ਫਾਰਮ ਹੈ ਉਹ ਪੂਰੇ ਆਸਟ੍ਰੇਲੀਆ ਲਈ ਐਪਲੀਕੇਬਲ ਹੈ, ਲੇਕਿਨ ਜਿਨ੍ਹਾਂ ਲੋਕਾਂ ਨੇ ਕੁਈਨਜ਼ਲੈਂਡ 'ਚ ਐਂਟਰੀ ਲੈਣੀ ਹੈ ਉਹਨਾਂ ਨੂੰ ਇਸ ਤੋਂ ਇਲਾਵਾ ਕੁਈਨਜ਼ਲੈਂਡ ਇੰਟਰਨੈਸ਼ਨਲ ਅਰਾਈਵਲ ਰਜਿਸਟ੍ਰੇਸ਼ਨ ਜਿਹੜੀ ਹੈਗੀ ਹੈ ਉਹ ਵੀ ਕਰਨੀ ਹੈ, ਉਹ ਵੀ ਔਨਲਾਈਨ ਹੋ ਜਾਂਦੀ ਹੈ। ਔਰ ਉਹਦੇ 'ਤੇ ਇੱਕ ਕਿਊ ਆਰ ਕੋਡ ਹੁੰਦਾ, ਇੱਕ ਜੋ ਮੈਂ ਇੱਥੇ ਫੇਸ ਕੀਤਾ ਆ ਕੇ, ਕਿਉਂਕਿ ਮੈਂ ਆਪਣੀ ਆਈ ਡੀ ਤੋਂ ਆਪਣੀ ਮੇਲ ਤੋਂ ਆਪਣਾ ਔਰ ਆਪਣੀ ਸਪਾਊਸ ਦਾ ਦੋਨਾਂ ਦਾ ਭਰਿਆ ਸੀ, ਲੇਕਿਨ ਸਾਨੂੰ ਪ੍ਰੋਬਲਮ ਆਈ ਬ੍ਰਿਸਬੇਨ ਏਅਰਪੋਰਟ 'ਤੇ ਆਉਣ ਤੋਂ ਬਾਅਦ, ਕਿਉਂਕਿ ਜਦੋਂ ਕਿਊ ਆਰ ਕੋਡ ਨੂੰ ਕਲਿੱਕ ਕਰਦੇ ਸੀ, ਸਕੈਨ ਕਰਦੇ ਸੀ, ਤਾਂ ਦੋਨੋਂ ਜਗ੍ਹਾ ਮੇਰਾ ਨਾਮ ਆ ਰਿਹਾ ਸੀ, ਅਤੇ ਜਦੋਂ ਕਿ ਸਾਡੇ ਦੋਨੋਂ ਡਿਫਰੈਂਟ ਸੀ, ਫਿਰ ਹੁਣ ਸਾਨੂੰ ਉਹਨਾਂ ਨੂੰ ਕਾਫੀ ਕੁਛ ਸਮਝਾਉਣਾ ਪਿਆ ਕਿ ਦੇਖੋ ਦੋਨਾਂ ਦਾ ਕਿਊ ਆਰ ਕੋਡ ਡਿਫਰੈਂਟ ਹੈ, ਦੋਨਾਂ ਦੇ ਪ੍ਰਿੰਟ ਆਊਟ ਮੇਰੇ ਕੋਲ ਸੀ, ਦੋਨਾਂ ਦੀ ਮੇਲ ਮੇਰੇ ਕੋਲ ਸੀ, ਫਿਰ ਉਹਨਾਂ ਨੇ ਮੈਨੂਅਲ ਫੇਡ ਕੀਤਾ ਤਾਂ ਉਹ ਆਇਆ। ਇਹ ਮੈਂ ਇਸ ਕਰਕੇ ਤੁਹਾਨੂੰ ਕਲੀਅਰ ਕਰ ਰਿਹਾ ਕਿ ਕਈ ਵਾਰ ਹੋ ਸਕਦਾ ਕਿਸੇ ਹੋਰ ਨੂੰ ਵੀ ਪ੍ਰੋਬਲਮ ਆਏ, ਤਾਂ ਉਹਦੀ ਇੱਕ ਹਾਰਡ ਕਾਪੀ ਪਲੱਸ ਇੱਕ ਜਿਹੜੀ ਮੇਲ ਆਉਂਦੀ ਹੈ, ਮੇਲ ਜ਼ਰੂਰ ਰੱਖੇ। ਇੱਕ ਮੈਂ ਇਹ ਵੀ ਦੱਸਣਾ ਚਾਹੂੰਗਾ ਕਿ ਜਿਨ੍ਹਾਂ ਦੇ ਪੇਰੈਂਟਸ ਪੜ੍ਹੇ ਲਿਖੇ ਨੇ ਜਾਂ ਇਹਨੂੰ ਸਮਝਦੇ ਨੇ ਉਹ ਤਾਂ ਠੀਕ ਹੈ, ਜਿਹੜੇ ਨਹੀਂ ਵੀ ਸਮਝਦੇ, ਜਿਨ੍ਹਾਂ ਦੇ ਪੇਰੈਂਟਸ ਘੱਟ ਪੜ੍ਹੇ ਲਿਖੇ ਨੇ, ਇਹਨਾਂ ਚੀਜ਼ਾਂ ਨੂੰ ਨਹੀਂ ਜ਼ਿਆਦਾ ਉਹਨਾਂ ਕੋਲ ਨੌਲੇਜ ਹੈਗੀ, ਸਟੂਡੈਂਟ ਵੀਜ਼ੇ ਜਿਹੜੇ ਨਵੇਂ ਆ ਰਹੇ ਨੇ, ਮੈਂ ਉਹਨਾਂ ਨੂੰ ਕਹੂੰਗਾ ਕਿ ਜਿਹੜੇ ਬੰਦੇ ਤੁਹਾਡੇ ਜਾਣਦੇ ਨੇ ਜਾਂ ਜਿਨ੍ਹਾਂ ਦੇ ਬੱਚੇ ਇੱਥੇ ਨੇ ਜਾਂ ਜਿਨ੍ਹਾਂ ਦੇ ਰੈਲੇਟਿਵ ਇੱਥੇ ਨੇ, ਇੱਕ ਇੱਕ ਕਾਪੀ ਉਹਨਾਂ ਨੂੰ ਭੇਜ ਦੇਣ, ਇਨ ਕੇਸ ਤੁਹਾਨੂੰ ਦਿੱਲੀ ਏਅਰਪੋਰਟ 'ਤੇ ਕੋਈ ਪ੍ਰੋਬਲਮ ਆਉਂਦੀ ਹੈ, ਤੁਸੀਂ ਇਮੀਡੀਏਟ ਉਹਨਾਂ ਨਾਲ ਡਿਸਕਸ ਕਰ ਸਕੋ। ਇੱਕ ਇਹ ਹੈ ਕਿ ਜਦੋਂ ਤੁਸੀਂ ਟਿਕਟ ਲੈ ਲਈ, ਟਿਕਟ ਲੈਣ ਦੇ ਵਿੱਚ ਵੀ ਬੜਾ ਧਿਆਨ ਰੱਖਣਾ, ਕਿਉਂਕਿ ਅੱਜ ਕੱਲ੍ਹ ਜਿਹੜੀਆਂ ਫਲਾਈਟਸ ਆ ਰਹੀਆਂ ਨੇ ਉਹ ਏਅਰ ਬਬਲ ਸਿਸਟਮ ਦੇ ਐਗਰੀਮੈਂਟ ਰਹੀਆਂ ਆ ਰਹੀਆਂ ਨੇ, ਜਿਹੜੀ ਡਾਇਰੈਕਟ ਫਲਾਈਟ ਹੈ ਉਹਦੇ 'ਚ ਤੁਹਾਨੂੰ ਹੋ ਗਿਆ, ਜਿਹੜੀਆਂ ਇਨਡਾਇਰੈਕਟ ਫਲਾਈਟ ਆ ਰਹੀਆਂ ਨੇ ਕਈ ਜਗ੍ਹਾ 'ਤੇ ਤੁਸੀਂ ਦਿੱਲੀ ਤੋਂ ਜਾਂ ਇੰਡੀਆ ਤੋਂ ਫਲਾਈਟ ਲੈ ਲੈਣੇ ਹੋ, ਅੱਗੇ ਉਹ ਤੁਹਾਨੂੰ ਨਹੀਂ ਵਧਣ ਦਿੰਦੇ, ਇਸ ਕਰਕੇ ਉਹ ਦੇਖਣਾ। ਜੈਸੇ ਸਿੰਗਾਪੁਰ ਏਅਰਲਾਈਨ ਦਾ ਵੀ ਹੈਗਾ ਕਿ ਸਿੰਗਾਪੁਰ ਤੋਂ ਇੰਡੀਆ ਤੋਂ ਸਿੰਗਾਪੁਰ ਆ ਸਕਦੇ ਹੋ, ਲੇਕਿਨ ਸਿੰਗਾਪੁਰ ਤੋਂ ਆਸਟ੍ਰੇਲੀਆ ਨਹੀਂ ਤੁਸੀਂ ਆ ਸਕਦੇ, ਅਗਰ ਤੁਸੀਂ ਇੰਡੀਆ ਤੋਂ ਸਿੰਗਾਪੁਰ, ਸਿੰਗਾਪੁਰ ਏਅਰਲਾਈਨ, ਇਸ ਉਹਨਾਂ ਚੀਜ਼ਾਂ ਦਾ ਪਹਿਲੇ ਨੌਲੇਜ ਰੱਖਣੀ ਹੈ। ਡਾਇਰੈਕਟ ਫਲਾਈਟ ਲਓ, ਜਿਵੇਂ ਡਾਇਰੈਕਟ ਫਲਾਈਟ ਲਓ ਸਿੱਧੀ, ਤਾਂ ਕਿ ਉਹਦਾ ਰੀਜ਼ਨ ਇਹ ਕਿ ਜੇ ਤਾਂ ਤੁਹਾਨੂੰ ਇੰਡੀਆ ਤੋਂ ਬਾਈ ਚਾਂਸ ਹੋ, ਮੇਰੇ ਕਈ ਯਾਰ ਦੋਸਤ ਨੇ ਜਿਨ੍ਹਾਂ ਦੇ ਪੇਰੈਂਟਸ ਨੂੰ ਵਾਪਸ ਭੇਜਿਆ ਉਹਨਾਂ ਨੇ ਦਿੱਲੀ ਤੋਂ, ਕਿਉਂਕਿ ਉਹ ਜੀ ਕਹਿੰਦੇ ਜੇ ਤਾਂ ਤੁਹਾਨੂੰ ਦਿੱਲੀ ਤੋਂ ਵਾਪਸ ਭੇਜਤਾ ਤੁਸੀਂ ਫਿਰ ਵੀ ਘਰੇ ਚਲੇ ਜਾਓਗੇ, ਆਸਟ੍ਰੇਲੀਆ ਆ ਕੇ ਕੋਈ ਪੇਪਰ ਘੱਟ ਗਿਆ ਤਾਂ ਵੀ ਤੁਸੀਂ ਆਸਟ੍ਰੇਲੀਆ ਆ ਕੇ ਤੁਹਾਨੂੰ ਹੈਲਪ ਮਿਲ ਜੂ, ਪਰ ਜੇ ਤੁਸੀਂ ਦੁਬਈ, ਸਿੰਗਾਪੁਰ ਕਿਤੇ ਹੋਰ ਫਸ ਗਏ ਤਾਂ ਉਹ ਫਿਰ ਬਹੁਤ ਪ੍ਰੋਬਲਮ ਆਉਂਦੀ, ਇਸ ਕਰਕੇ ਡਾਇਰੈਕਟ ਫਲਾਈਟ ਹੀ ਲਓ, ਚਾਹੇ ਤੁਹਾਨੂੰ ਥੋੜ੍ਹਾ ਥੋੜ੍ਹੀ ਮਹਿੰਗੀ ਪੈਂਦੀ ਪਰ ਡਾਇਰੈਕਟ ਫਲਾਈਟ ਲਓ। ਉਹਦੇ 'ਚ ਇੱਕ ਹੋਰ ਚੀਜ਼ ਹੈ, ਜਦੋਂ ਤੁਸੀਂ ਟਿਕਟ ਲੈਣੀ ਹੈ, ਟਿਕਟ ਲੈਣ ਤੋਂ ਬਾਅਦ ਫਲਾਈਟ ਦੇ ਡਿਪਾਰਚਰ ਤੋਂ 72 ਘੰਟੇ ਪਹਿਲਾਂ PCR ਟੈਸਟ ਕਰਾਉਣਾ, ਫਲਾਈਟ ਦੇ ਟਾਈਮਿੰਗ ਤੋਂ ਪਹਿਲਾਂ। ਹਾਂ, ਜਿਹੜੀ ਫਲਾਈਟ ਦਾ ਡਿਪਾਰਚਰ ਟਾਈਮ ਹੈ ਉਹ
48 ਆਵਰ ਹੀ ਰੱਖਿਆ ਜਾਵੇ, 48 ਘੰਟੇ ਹੀ ਰੱਖਿਆ ਜਾਵੇ। ਮੇਰਾ ਇੱਕ ਥੋੜਾ ਕੁਐਸਚਨ ਹੈ ਜੀ, ਜਿਹੜਾ ਟੈਸਟ ਕਰਾਉਣਾ 72 ਘੰਟੇ ਪਹਿਲਾਂ, ਜਿਹੜੀ ਰਿਪੋਰਟ ਆਊਗੀ, ਜਿਹੜਾ ਉਹਦੀ ਰਿਪੋਰਟ ਦਾ ਜਿਹੜਾ ਮੈਸੇਜ ਆਊਗਾ, ਉਹਦੇ ਵਿੱਚ ਦੋ ਟਾਈਮ ਆਉਂਦੇ ਨੇ, ਇੱਕ ਹੈ ਵੀ ਤੁਸੀਂ ਸੈਂਪਲ ਕਦੋਂ ਲਿਆ, ਅੱਛਾ ਜੀ, ਤੇ ਉਹਦੀ ਰਿਪੋਰਟ ਕਦੋਂ ਆਈ, ਲੇਕਿਨ ਰਿਪੋਰਟ ਤੋਂ ਹੈ, ਲੇਕਿਨ ਉਹਦੇ ਵਿੱਚ ਵੀ ਜ਼ਿਆਦਾ ਡਿਫਰੈਂਸ ਨਹੀਂ ਹੋਣਾ ਚਾਹੀਦਾ, ਕੋਈ ਟੈਕਨੀਕਲੀ ਪ੍ਰੋਬਲਮ ਕ੍ਰੀਏਟ ਨਾ ਕਰ ਦੇਣ, ਹਾਲਾਂਕਿ ਪ੍ਰੋਬਲਮ ਨਹੀਂ ਆਉਂਦੀ, ਲੇਕਿਨ ਅਸੀਂ 48 ਆਵਰ ਦੇ ਵਿੱਚ ਹੀ ਉਹਦਾ ਸੈਂਪਲ ਦਾ ਸੀਗਾ ਔਰ ਉਹਦਾ ਵੀ ਸੀ, 48 ਆਵਰ ਰੱਖੋ ਸੈਂਪਲ ਵੀ, 48 ਆਵਰ ਚ ਦੇ ਦਿਓ ਤਾਂ ਰਿਪੋਰਟ ਤਾਂ ਆਪਣੇ ਆਪ ਵਿੱਚ ਉਹਦੇ ਆਈ ਜਾਊਗੀ। ਅੱਜ ਦੀ ਡੇਟ ਦੇ ਵਿੱਚ ਉਹ ਬੜਾ ਆਸਾਨ ਹੋ ਗਿਆ ਕਿ ਤੁਸੀਂ ਆਨਲਾਈਨ ਚੈੱਕ ਕਰੋ, ਆਨਲਾਈਨ ਜਿਹੜੇ ਹੈਗੇ ਨੇ PCR ਟੈਸਟ, ਥੋੜੇ ਬੁਕਿੰਗ ਹੋ ਜਾਂਦੀ ਹੈ, ਐਡਵਾਂਸ ਬੁਕਿੰਗ ਹੋ ਜਾਂਦੀ ਹੈ, ਉਹਨਾਂ ਦੇ ਬੰਦੇ ਘਰ ਆ ਕੇ ਸੈਂਪਲ ਲੈ ਜਾਂਦੇ ਨੇ, ਔਰ ਬੜਾ ਈਜ਼ੀ ਹੈ, ਔਰ ਪੈਸੇ ਵੀ 750 ਰੁਪਏ ਪਰ ਟੈਸਟ ਹੈ, ਇੰਡੀਅਨ ਰੂਪੀ 750 ਰੁਪਏ ਉਹ ਹੈਗਾ। ਉਹਦੀ ਵੈਬਸਾਈਟ, ਹਾਂਜੀ, ਇੱਥੇ ਕਿਤੇ ਉਹਦੀ ਵੈਬਸਾਈਟ ਮੈਂ ਤੁਹਾਨੂੰ ਇੱਥੇ ਪਾ ਦੂੰਗਾ, ਇੱਥੇ ਕਿਤੇ ਆਉਂਦੀ ਹੋਊਗੀ, ਤਾਂ ਤੁਸੀਂ ਉਹਦੇ 'ਤੇ ਜਾ ਕੇ ਤਾਂ ਉਹ ਉੱਥੇ ਬੁੱਕ ਆਨਲਾਈਨ ਕਰ ਸਕਦੇ ਹੋ, ਤਾਂ ਉਹ ਤੁਹਾਡੇ ਘਰ ਕਰ ਜਾਣਗੇ। ਤੀਜਾ ਪੁਆਇੰਟ ਇਹਦੇ 'ਚ ਕੀ ਹੈ, ਜਿਵੇਂ ਫਲਾਈਟ ਡਿਲੇ ਹੁੰਦੀ ਹੈ, ਅਗਰ ਆਪਣੀ ਫਲਾਈਟ ਦੋ ਤਰ੍ਹਾਂ ਦੀ ਹੁੰਦੀ ਹੈ, ਹਾਂ, ਇੱਕ ਫਲਾਈਟ ਡਿਲੇ ਹੁੰਦੀ ਹੈ, ਇੱਕ ਫਲਾਈਟ ਕੈਂਸਲ ਹੁੰਦੀ ਹੈ। ਅਗਰ ਫਲਾਈਟ ਡਿਲੇ ਹੋ ਗਈ, ਡਿਲੇ ਮਤਲਬ ਜੇ ਉਹ ਸੇਮ ਡੇ ਟਾਈਮ ਉਹਦਾ ਚੇਂਜ ਹੁੰਦਾ ਉਹਨੂੰ ਡਿਲੇ ਕਹਿੰਦੇ ਆ, ਜੇ ਨੈਕਸਟ ਡੇ ਆ ਗਿਆ ਤਾਂ ਉਹਨੂੰ ਕੈਂਸਲੇਸ਼ਨ ਕਹਿੰਦੇ ਆ। ਜੇ ਡਿਲੇ ਹੋ ਗਈ ਤਾਂ 72 ਘੰਟੇ ਵਾਲਾ ਜਿਹੜਾ ਡਿਲੇ ਵਾਲਾ ਟਾਈਮ ਆ ਉਸ ਤੋਂ ਹੋਣਾ ਚਾਹੀਦਾ, ਇਸ ਕਰਕੇ ਮੈਂ ਕਹਿੰਦਾ 48 ਘੰਟੇ ਰੱਖੋ। ਜੇ ਕੈਂਸਲ ਹੋ ਗਈ ਤਾਂ ਜੋ ਤੁਹਾਡੀ ਕੈਂਸਲ ਹੋਈ ਹੈ ਉਹਦੇ ਟਾਈਮ ਤੋਂ 72 ਘੰਟੇ ਹੋਣਾ ਚਾਹੀਦਾ, ਫਿਰ ਉਹ ਨਵੇਂ ਦਿਨ ਹੀ ਕਰਾਉਣਾ ਪੈਣਾ ਇੱਕ ਤਰ੍ਹਾਂ, ਨਹੀਂ ਫਿਰ ਨਹੀਂ ਕਰਾਉਣਾ ਪਏਗਾ। ਅੱਛਾ, ਜੇ ਤੁਹਾਡੀ ਡਿਲੇ ਹੁੰਦੀ ਹੈ ਤਾਂ ਡਿਲੇ ਵਾਲੇ ਟਾਈਮ ਤੋਂ 72 ਘੰਟੇ, ਜੇ ਕੈਂਸਲ ਹੁੰਦੀ ਹੈ ਤਾਂ ਕੈਂਸਲ ਜਿਹੜੀ ਹੋਈ ਹੈ ਉੱਥੋਂ 72 ਘੰਟੇ। ਓਕੇ, ਦੂਸਰਾ ਇੱਕ ਇਹ ਹੈ ਕਿ ਦਿੱਲੀ ਆਉਣ ਤੋਂ ਪਹਿਲਾਂ ਜਿਹੜਾ ਤੁਸੀਂ ਵੀਜ਼ਾ ਜੋ ਵੀ ਲਿਆ, ਅਗਰ ਉਹਦੇ ਵਿੱਚ ਤੁਹਾਡੇ ਕੋਲ ਇੱਕ ਕੰਡੀਸ਼ਨ ਹੈ ਕਿ ਹੈਲਥ ਇੰਸ਼ੋਰੈਂਸ ਸਟਿਪੂਲੇਟ ਕੀਤਾ ਹੈ, ਤਾਂ ਉਹਦਾ ਜ਼ਰੂਰ ਪਹਿਲਾਂ ਹੀ ਇੱਥੋਂ ਹੈਲਥ ਇੰਸ਼ੋਰੈਂਸ ਆਸਟ੍ਰੇਲੀਆ ਤੋਂ ਕਰਵਾ ਕੇ ਜਾਂ ਜਿੱਥੋਂ ਵੀ ਕਰਵਾ ਕੇ, ਜਿਹੜੀ ਐਪਲੀਕੇਮ ਇੰਟਰਨੈਸ਼ਨਲ ਹੈ ਉਹ ਕਰਵਾ ਕੇ ਉਹਦੀ ਵੀ ਕਾਪੀ ਕੋਲ ਰੱਖਣੀ ਹੈ, ਉਸ ਤੋਂ ਬਿਨਾਂ ਵੀ ਉਹ ਤੁਹਾਨੂੰ ਫਲਾਈਟ ਜਿਹੜੀ ਹੈ ਉਹ ਲੈਣ ਨਹੀਂ ਦਿੰਦੇ। ਅਤੇ ਇਹ ਸੀਗੇ ਸਾਰੇ ਡਾਕੂਮੈਂਟ ਜਿਹੜੇ ਤੁਸੀਂ ਤਿਆਰ ਕਰਨੇ ਨੇ, ਅਤੇ ਏਅਰਪੋਰਟ 'ਤੇ ਇੱਥੇ ਸਾਰੇ ਜਿੰਨੇ ਵੀ ਹੈਗੇ ਨੇ, ਜਿੰਨੇ ਵੀ ਆਪਾਂ ਦੱਸੇ ਨੇ, ਸਾਰੇ ਚੈੱਕ ਹੁੰਦੇ ਨੇ, ਜੋ ਇੱਕ ਵੀ ਮਿਸ ਹੋਇਆ ਤੁਹਾਨੂੰ ਵਾਪਸ ਕਹੂੰਗੀ। ਇਹ ਨਹੀਂ ਗਾ ਕਿ ਮੇਰੇ ਨਾਲ ਤੁਹਾਨੂੰ ਦੱਸਿਆ ਕਿ ਘੱਟੋ ਘੱਟ 3 ਤੋਂ 4 ਜਣੇ ਨੇ ਜਿਨ੍ਹਾਂ ਦੇ ਪੇਰੈਂਟਸ ਨੂੰ ਏਅਰਪੋਰਟ ਤੋਂ ਦਿੱਲੀ ਤੋਂ ਵਾਪਸ ਭੇਜਤਾ ਉਹਨਾਂ ਨੇ, ਕਿਸੇ ਦਾ ਐਗਜ਼ੈਂਪਸ਼ਨ ਹੈ ਨਹੀਂ ਸੀ, ਕਿਸੇ ਦੇ ਕੋਲ ਮਤਲਬ ਉਹਦੀ ਟਿਕਟ ਦੁਬਈ ਥਰੂ ਸੀਗੀ ਉਹਨਾਂ ਨੂੰ ਭੇਜਤਾ, ਅਤੇ ਕਿਸੇ ਦਾ ਕੋਈ ਰੀਜ਼ਨ ਆ, ਕਿਸੇ ਦਾ ਕੋਈ ਰੀਜ਼ਨ ਆ, ਪਰ ਇਹ ਜੇ ਡਾਕੂਮੈਂਟ ਤੁਹਾਡੇ ਕੋਲ ਸਾਰੇ ਹੈਗੇ ਨੇ ਫਿਰ ਤੁਹਾਨੂੰ ਕਦੇ ਨਹੀਂ ਰੋਕ ਸਕਦੇ, ਸਾਰਾ ਕੁਝ ਆਲ ਕਲੀਅਰ ਆ। ਅਤੇ ਫਿਰ ਫਲਾਈਟ ਦਾ ਆਪਾਂ ਪੁੱਛ ਲੈਂਦੇ ਹਾਂ ਕਿ ਜਿਹੜੀ ਡਾਇਰੈਕਟ ਫਲਾਈਟ ਆ ਕਿੰਨੇ ਘੰਟੇ ਦੀ ਸੀਗੀ ਆਪਾਂ? ਉਹ 12 ਘੰਟੇ ਦਿੱਲੀ ਤੋਂ ਮੈਲਬੋਰਨ, 12 ਘੰਟੇ ਚ ਡਾਇਰੈਕਟ ਫਲਾਈਟ ਹੈ, ਬਹੁਤ ਅੱਛੀ ਫਲਾਈਟ ਹੈ ਔਰ ਬਹੁਤ ਅੱਛਾ ਉਹਦੀ ਅਕੋਮੋਡੇਸ਼ਨ ਸਾਰਾ ਕੁਝ ਠੀਕ ਹੈ, ਬਹੁਤ ਵਧੀਆ। ਕੁਆਂਟਸ ਦੀ ਜਿਵੇਂ ਸਾਰਿਆਂ ਨੂੰ ਪਤਾ ਕਿ ਆਸਟ੍ਰੇਲੀਅਨ ਫਲਾਈਟ ਹੈ ਬੈਸਟ ਹੈ, ਇੱਥੇ ਜਿਹੜੇ ਵੀ ਰਹਿੰਦੇ ਨੇ ਕਿ ਸਭ ਤੋਂ ਮਹਿੰਗੀ ਫਲਾਈਟ ਹੈ ਜਿਵੇਂ ਆਪਾਂ ਕਹਿ ਦਈਏ ਆਸਟ੍ਰੇਲੀਆ ਦੀ, ਜੇ ਤੁਸੀਂ ਕਿਤੇ ਵੀ ਟਰੈਵਲ ਕਰਦੇ ਹੋ ਇੰਟਰਸਟੇਟ ਜਾਂ ਇੰਟਰ ਮਤਲਬ ਇੰਟਰਸਟੇਟ ਜਾਂ ਇੰਟਰਨੈਸ਼ਨਲ, ਇਹ ਸਭ ਤੋਂ ਮਹਿੰਗੀ ਫਲਾਈਟ ਹੈ ਇਹਨਾਂ ਦੀ। ਅਤੇ ਫਿਰ ਮੈਲਬਰਨ ਆ ਕੇ ਵੀ ਇਹੀ ਕੋਈ ਪ੍ਰੋਬਲਮ ਹੈ? ਮੈਲਬਰਨ ਆ ਕੇ ਵੀ ਕੋਈ ਪ੍ਰੋਬਲਮ ਨਹੀਂ ਹੈ, ਕਿਉਂਕਿ ਡਾਇਰੈਕਟ ਅਗਰ ਤੁਸੀਂ ਡਾਇਰੈਕਟ ਬ੍ਰਿਸਬੇਨ ਦੀ ਟਿਕਟ ਲੈਂਦੇ ਹੋ ਵਾਇਆ ਮੈਲਬਰਨ, ਤਾਂ ਉੱਥੇ ਆ ਕੇ ਕੀ ਹੈ ਕਿ ਤੁਹਾਡਾ ਇੱਕ ਵਾਰੀ ਲਗੇਜ ਤੁਹਾਨੂੰ ਬਾਹਰ ਲੈਣਾ ਪੈਂਦਾ, ਲਗੇਜ ਤੋਂ ਬਾਅਦ ਤੁਹਾਡੀ ਇਮੀਗ੍ਰੇਸ਼ਨ ਜਿਹੜੀ ਹੈਗੀ ਹੈ ਮੈਲਬਰਨ ਹੋ ਜਾਂਦੀ ਹੈ। ਉਸ ਤੋਂ ਬਾਅਦ ਅਗਰ ਕੁਆਂਟਸ ਵਾਲਾ ਏਅਰਪੋਰਟ ਜਿਹੜਾ ਹੈਗਾ ਉਹਦੇ ਜੋ ਜਿੱਥੇ ਤੁਸੀਂ ਉਤਰਦੇ ਹੋ ਉਹਦੇ ਉੱਪਰ ਹੀ ਫਸਟ ਫਲੋਰ 'ਤੇ ਜਾਓ, ਉੱਥੋਂ ਫਿਰ ਤੁਹਾਡਾ ਡਿਪਾਰਚਰ ਬ੍ਰਿਸਬੇਨ ਦਾ ਹੋ ਜਾਂਦਾ। ਔਰ ਮੇਰਾ ਇਹ ਐਕਸਪੀਰੀਅੰਸ ਹੈ, ਨੋ ਸਾਡੀ ਫਲਾਈਟ ਵੀ ਲੇਟ ਹੋਈ ਸੀ, ਟਾਈਮ ਵੀ ਜ਼ਿਆਦਾ ਲੱਗਿਆ, ਈਵਨ ਜਿਹੜੀ ਫਲਾਈਟ ਸੀ ਉਹਦਾ ਨਿਕਲ ਵੀ ਚੁੱਕੀ ਸੀ, ਦੋ ਫਲਾਈਟ ਅਸੀਂ ਥੋੜ੍ਹੇ ਉਹਦੇ ਲਈ ਵਰਿਡ ਵੀ ਸੀ, ਲੇਕਿਨ ਉਹਨਾਂ ਨੇ ਜਦੋਂ ਅਸੀਂ ਆਏ ਇਮੀਡੀਏਟ ਸਾਨੂੰ ਦੂਸਰੀ ਫਲਾਈਟ ਦਿੱਤੀ, ਬੁਕਿੰਗ ਕੀਤੀ ਔਰ ਨਾ ਕੋਈ ਪੈਸਾ ਕੁਛ ਨਹੀਂ ਲਿਆ। ਕਿ ਜੇ ਤੁਸੀਂ ਇੰਡੀਆ ਤੋਂ, ਜਿਵੇਂ ਇਹਨਾਂ ਦੀ ਡਿਲੇ ਹੋ ਗਈ ਸੀਗੀ 2 ਘੰਟੇ, ਇੰਡੀਆ ਤੋਂ ਜਿਹੜੀ ਚੱਲਣੀ ਸੀ ਉਹ ਫਿਰ ਇੱਥੇ ਆ ਗਈ, ਜਿਹੜੀ ਕਨੈਕਟਿੰਗ ਫਲਾਈਟ ਸੀ ਉਹ ਨਿਕਲ ਗਈ, ਪਰ ਉਹਨਾਂ ਨੇ ਪੈਸਾ ਕੋਈ ਨਹੀਂ ਲਿਆ। ਕਿ ਜਿਵੇਂ ਕਈ ਵਾਰ ਹੁੰਦਾ ਨਾ ਕਿ ਤੁਸੀਂ ਦੁਬਾਰਾ ਟਿਕਟ ਲੈਣੀ ਪਊਗੀ, ਦੋ ਨਿਕਲ ਗਈਆਂ ਤੁਹਾਡੀ ਤਾਂ ਨਾ? ਦੋ ਨਿਕਲ ਗਈਆਂ, ਦੋ ਨਿਕਲ ਗਈਆਂ, ਕੋਈ ਪੈਸਾ ਨਹੀਂ ਲੱਗਿਆ, ਉਹੀ 1,45,000 ਦੇ ਵਿੱਚ ਹੀ ਇੱਥੇ ਆਏ ਸੀਗੇ। ਅਤੇ ਇੱਥੇ ਆ ਕੇ ਹੁੰਦਾ ਕੀ ਆ, ਇਹਨਾਂ ਦੇ ਨਾਲ 2 ਕੁੜੀਆਂ ਹੋਰ ਪੰਜਾਬਣ ਸੀਗੀਆਂ, ਉਹਨਾਂ ਨੇ ਇਹ ਭਰਤਾ ਸੀਗਾ ਕਿ ਕੁਆਰੰਟਾਈਨ ਅਸੀਂ ਹੋਮ ਕਰਾਂਗੇ। ਅੱਜ ਤੱਕ, ਹੁਣ ਤੱਕ ਜਿਵੇਂ ਮੈਂ ਤੁਹਾਨੂੰ ਕਹਿ ਚੁੱਕਿਆ ਕਿ 90% ਜਦ ਤੱਕ ਨਹੀਂ ਹੁੰਦਾ, ਬ੍ਰਿਸਬੇਨ ਕਿਊਜ਼ਲੈਂਡ ਦੇ ਵਿੱਚ ਤੁਸੀਂ ਘਰੇ ਕੁਆਰੰਟਾਈਨ ਨਹੀਂ ਕਰ ਸਕਦੇ, ਹੋਟਲ 'ਚ ਕਰਨਾ। ਉਹਨਾਂ ਨੇ ਹੋਟਲ ਦੀ ਥਾਂ 'ਤੇ ਘਰ ਲਿਖਿਆ ਸੀ, ਉਹ ਤਾਂ ਅਪਰੂਵ ਕਰਤਾ ਉਹਨਾਂ ਨੇ, ਕਿਉਂਕਿ ਉਹ ਕੰਪਿਊਟਰ 'ਤੇ ਹੁੰਦਾ। ਜਦੋਂ ਇੱਥੇ ਉਤਰੇ ਉਹ ਕਹਿੰਦੇ ਨਹੀਂ ਤੁਸੀਂ ਘਰੇ ਨਹੀਂ ਜਾ ਸਕਦੇ, ਤੁਸੀਂ ਹੋਟਲ 'ਚ ਜਾਓਗੇ। ਉਹ ਹੋਟਲ ਤੁਸੀਂ ਜਿੱਦਾਂ ਏਅਰਪੋਰਟ 'ਤੇ ਉਤਰਦੇ ਹੋ, ਅਸੀਂ ਆਪਾਂ ਜਿਵੇਂ ਫੈਮਿਲੀ ਮੈਂਬਰ ਅਸੀਂ ਕੋਈ ਜਾਣ ਦਿੰਦੇ ਕਿਸੇ ਨੂੰ, ਉੱਥੇ ਜਾਣਾ ਨਹੀਂ ਗਾ, ਉਹਨਾਂ ਨੇ ਤੁਹਾਨੂੰ ਬੱਸ 'ਚ ਬਿਠਾਉਣਾ ਅਤੇ ਸਿੱਧਾ ਹੋਟਲ 'ਚ ਲੈ ਜਾਣਾ। ਅਤੇ ਹੋਟਲ ਦਾ ਖਰਚਾ ਮੈਂ ਤੁਹਾਨੂੰ ਦੱਸ ਦਿੰਦਾ, ਇੱਕ ਪਹਿਲਾਂ ਵੀ ਦੱਸਿਆ ਇੱਕ ਵੀਡੀਓ 'ਚ, ਇਹ 'ਚ ਵੀ ਦੱਸ ਦਿੰਦਾ, ਇੱਕ ਰੂਮ ਦਾ $165 ਆਸਟ੍ਰੇਲੀਅਨ ਡਾਲਰ ਆ, ਅਤੇ ਇੱਕ ਜਾਣੇ ਦਾ 65 ਡਾਲਰ ਫੂਡ ਦਾ, ਜਿਹੜਾ 3 ਟਾਈਮ ਦਾ ਫੂਡ ਆਉਣਾ ਉਹ ਇੱਕ ਜਾਣਾ। ਮੀਨ ਕਿ ਜਿਵੇਂ ਮੰਮੀ ਡੈਡੀ ਸੀਗੇ ਇਹਨਾਂ ਦਾ, 165 ਦਾ ਰੂਮ, ਇੱਕ ਜਾਣੇ ਦਾ ਪਰ ਹੈੱਡ ਲਾ ਲਓ $65 ਫੂਡ ਦਾ, ਅਤੇ ਦੂਜੇ ਦਾ ਵੀ $65,
ਤੁਹਾਡਾ 4000 ਬਚੂਗਾ। ਹਾਂ ਬਚੂਗਾ, ਠੀਕ ਹੈ। ਅਤੇ ਬਾਕੀ ਮੈਨੂੰ ਲੱਗਦਾ ਨਹੀਂ ਹੋਰ ਕੁਛ ਰਿਹਾ ਹੋਣਾ। ਬਸ ਹੋਰ ਕੁਛ ਨਹੀਂ ਰਿਹਾ, ਜਿਹੜੇ ਸਾਡੇ ਆ ਰਹੇ ਨੇ ਉਹਨਾਂ ਨੂੰ ਆਲ ਦਾ ਬੈਸਟ, ਤੁਹਾਡੇ ਡਾਕੂਮੈਂਟ ਧਿਆਨ ਰੱਖ ਕੇ ਰਹਿਣ, ਕਿਉਂਕਿ ਹੁਣ ਕੀ ਹੈ ਪੇਪਰ ਬਹੁਤ ਜ਼ਿਆਦਾ ਨੇ, ਉਹਨੂੰ ਸਿਸਟਮੈਟਿਕ ਤਰੀਕੇ ਨਾਲ ਰੱਖ ਕੇ ਉਹਨਾਂ ਨੂੰ ਦਿਖਾਉਣ ਹਰ ਜਗ੍ਹਾ 'ਤੇ ਇਹਨਾਂ ਦੀ ਜ਼ਰੂਰਤ। ਮਤਲਬ ਵੀਡੀਓ 2-3 ਵਾਰ ਦੇਖ ਲਓ, ਤੁਹਾਨੂੰ ਪਤਾ ਲੱਗ ਜੂ। ਅਤੇ ਬਾਕੀ ਇੱਕ ਹੋਰ ਗੱਲ ਕਿ ਜਿਹੜੀ ਤੁਸੀਂ ਅਪਡੇਸ਼ਨ ਲੈਣੀ ਆ ਤਾਂ ਕੋਈ ਵੀ ਜੇ ਤੁਸੀਂ ਸਰਚ ਮਾਰਦੇ ਹੋ ਗੂਗਲ 'ਤੇ ਤਾਂ ਜਿਹੜੀ ਵੈਬਸਾਈਟ ਦੇ ਪਿੱਛੇ GOV government.au ਲਿਖਿਆ ਉਹ ਸਾਰੀਆਂ ਗੌਰਮੈਂਟ ਦੀਆਂ ਹੁੰਦੀਆਂ ਨੇ ਅਤੇ ਉਹ ਅਪਡੇਟ ਕੀਤੀਆਂ ਹੁੰਦੀਆਂ ਨੇ, ਤੁਸੀਂ ਉਸ ਹਿਸਾਬ ਨਾਲ ਆਉਣਾ। ਪਰ ਜਿਹੜਾ ਰਿਹਾ ਆਪਣਾ ਕਿਹੜਾ ਸੀ ਐਗਜ਼ੈਂਪਸ਼ਨ ਨਾਲ ਦੱਸਿਆ, ਉਹ ਤਾਂ ਕਹਿੰਦੇ ਕਿ ਅਸੀਂ ਬੰਦ ਕਰਤਾ, ਪਰ ਫਿਰ ਵੀ ਉਹ ਦਿੱਲੀ ਵਾਲੇ ਮੰਗਦੇ ਨੇ, ਇਸ ਕਰਕੇ ਤੁਸੀਂ ਲੈ ਕੇ ਆਓ। ਮੇਰੇ ਦੋਸਤ ਨਾਲ ਹੀ ਹੋਇਆ ਕਿ ਉਹਨਾਂ ਨੇ ਦੇਖਿਆ ਵੈਬਸਾਈਟ 'ਤੇ, ਇਹਨਾਂ ਨੂੰ ਤਾਂ ਚਾਹੀਦਾ ਨਹੀਂ, ਪਰ ਉਹ ਦਿੱਲੀ ਵਾਲੇ ਕਹਿੰਦੇ ਅਸੀਂ ਦੇਖਾਂਗੇ ਫਿਰ ਤੋਂ ਚੜ੍ਹਨਾ। ਦਿੱਲੀ ਵਾਲਿਆਂ ਦਾ ਜੋੜਾ ਉਹਦੇ ਬਾਰੇ ਵਿਊ ਆ ਉਹ ਇਹ ਹੈ ਕਿ ਸਾਨੂੰ ਕਿੱਦਾਂ ਪਤਾ ਲੱਗੇਗਾ ਕਿ ਯੂ ਆਰ ਐਲੀਜੀਬਲ, ਤੁਸੀਂ ਇਮੀਡੀਏਟ ਫੈਮਿਲੀ ਮੈਂਬਰ ਹੋ। ਉਹਨਾਂ ਕੋਲ ਕੋਈ ਪਰੂਫ ਨਹੀਂ ਹੈ, ਕਿਉਂਕਿ ਜਿਹੜਾ ਇਹ ਐਗਜ਼ੈਂਪਸ਼ਨ ਸਰਟੀਫਿਕੇਟ ਸੀਗਾ ਇਹ ਓਨਲੀ ਇਮੀਡੀਏਟ ਫੈਮਿਲੀ ਮੈਂਬਰ ਦੇ ਲਈ, ਕਿਉਂਕਿ ਉਹਨਾਂ ਕੋਲ ਕੋਈ ਪਰੂਫ ਨਹੀਂ ਹੈ ਕਿਸ ਤਰੀਕੇ ਨਾਲ ਵੈਰੀਫਾਈ ਕਰਨ, ਇਸ ਕਰਕੇ ਉਹਨਾਂ ਦਾ ਜਿਹੜਾ ਪੁਆਇੰਟ ਆ ਉਹ ਕਈ ਵਾਰ ਵੈਲਿਡ ਲੱਗਦਾ। ਹਾਂਜੀ, ਅਤੇ ਬਸ ਇਹ ਚੀਜ਼ਾਂ ਜਿਹੜੀਆਂ ਜਿੰਨੀ ਵੀ ਦੱਸੀਆਂ, ਇੱਕ ਵਾਰੀ ਤਿਆਰ ਕਰੋ, ਟਿਕਟ ਲਓ, ਪਹੁੰਚੋ। ਚਲੋ ਜੀ, ਅੱਜ ਦੀ ਵੀਡੀਓ ਵਧੀਆ ਲੱਗੀ, ਜੇ ਕੁਛ ਰਹਿ ਵੀ ਗਿਆ ਤਾਂ ਕਮੈਂਟ ਕਰ ਦਿਓ, ਉਹ ਦੱਸ ਦਿਆਂਗੇ। ਅਤੇ ਬਾਕੀ ਵਧੀਆ ਲੱਗੀ ਤਾਂ ਲਾਈਕ, ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਅਗਲੀ ਵੀਡੀਓ 'ਚ, ਤਦ ਤੱਕ ਲਈ।